बठिंडा जेल वीडियो मामले दे विच एबीपी सांझा दी खबर दा वड्डा असर होया है। एडीजीपी जेल बी चंद्रशेखर दा तबादला कर दिता गया। हुण एडीजीपी जेल लाए गए ने अरुण पाल सिंह। एबीपी सांझा ने दिखाया सी कि किवें जेल दे अंदर मोबाइल दा खेड चल रहा, वो भी हाई सिक्योरिटी जेल दे विच, जिथे डीजीपी दलील दिंदे ने कि बठिंडा जेल दे विच तां जैमर लगे हुए ने, उत्थे मोबाइल चलदे ही नहीं। पर हवालातियां ने ना सिर्फ वीडियो बनाई बल्कि दिखाया कि इत्थे मोबाइल भी मौजूद ने, ते नाल ही जेल प्रशासन ते इल्जाम लाउंदे होया मुख्यमंत्री नूं अपील भी कीती सी। मुख्यमंत्री खफा सन इस मामले दे विच जेल प्रशासन तों, अते हुण इस मामले विच एक्शन लिया गया। ਤੁਹਾਨੂੰ ਦਿਖਾਉਣੇ ਆ ਇੱਥੇ ਜੋ ਕੁਛ ਬਾਹਰ ਸਰਕਾਰਾਂ ਜਾਂ ਪ੍ਰਸ਼ਾਸਨ ਦਿਖਾਉਂਦਾ ਪਿਆ, ਉਹ ਸਭ ਫੋਕੇ ਫਿਲਟਰ ਆ ਇਹਨਾਂ ਦੇ। ਇੱਥੇ ਸਭ ਕੁਛ ਹੀ ਚੱਲਦਾ, ਉਹਦੇ ਅਸੀਂ ਸਾਰੇ ਗਵਾਹ ਹਾਂ। ਭਗਵੰਤ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ, ਇਹ ਚੀਜ਼ਾਂ ਬੰਦ ਕੀਤੀਆਂ ਜਾਣ, ਅਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਆਉਂਦੇ ਨੇ, ਜੇ ਬਾਅਦ 'ਚ ਮੁੰਡਿਆਂ ਨੂੰ ਕੁੱਟਦੇ ਨੇ, ਤੁਹਾਡੇ ਕੋਲ ਕਿੱਥੋਂ ਆਇਆ? ਇਹ ਉਹ ਵੀਡੀਓ ਹੈ ਜਿਸ ਤੋਂ ਬਾਅਦ ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਦਾ ਤਬਾਦਲਾ ਹੋ ਗਿਆ, ਅਤੇ ਹੁਣ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਬਣਾਇਆ ਗਿਆ। ਪਿਛਲੇ ਦਿਨੀ ਹਾਈ ਸਿਕਿਉਰਿਟੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਹਵਾਲਾਤੀਆਂ ਵੱਲੋਂ ਬਣਾਈ ਗਈ ਇੱਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਬਾਅਦ ਏਬੀਪੀ ਸਾਂਝਾ ਨੇ ਜੇਲ੍ਹ ਸਿਸਟਮ ਤੇ ਸਵਾਲ ਚੁੱਕੇ, ਆਖਿਰ ਕਿਵੇਂ ਜੇਲ੍ਹਾਂ ਦੇ ਅੰਦਰ ਮੋਬਾਈਲ ਚੱਲ ਰਹੇ ਨੇ। ਨਤੀਜਾ ਜੇਲ੍ਹ ਵੀਡੀਓ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ਪ੍ਰਸ਼ਾਸਨ ਤੋਂ ਕਾਫੀ ਖਫਾ ਸਨ, ਕਿਉਂਕਿ ਜੇਲ੍ਹ ਮੰਤਰਾਲਾ ਖੁਦ ਸੀਐਮ ਮਾਨ ਕੋਲ ਹੀ ਹੈ। ਅਜੇ ਦੇ ਵਿੱਚ ਅੱਤ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚੋਂ ਵੀਡੀਓ ਸਾਹਮਣੇ ਆਉਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਦਾ ਤਬਾਦਲਾ ਕਰਦਿਆਂ ਉਹਨਾਂ ਦੀ ਥਾਂ ਤੇ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਬਣਾਇਆ। ਜੇਲ੍ਹ ਦੇ ਵਿੱਚ ਬੰਦ ਹਵਾਲਾਤੀਆਂ ਨੇ ਵੀਡੀਓ ਰਾਹੀਂ ਕੁਝ ਇਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਾਈ ਸੀ। ਅਸੀਂ ਬੇਨਤੀ ਕਰਦੇ ਹਾਂ ਪੰਜਾਬ ਭਗਵੰਤ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ, ਇਹ ਚੀਜ਼ਾਂ ਬੰਦ ਕੀਤੀਆਂ ਜਾਣ, ਅਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਆਉਂਦੇ ਨੇ, ਜੇ ਬਾਅਦ 'ਚ ਮੁੰਡਿਆਂ ਨੂੰ ਕੁੱਟਦੇ ਨੇ, ਤੁਹਾਡੇ ਕੋਲੋਂ ਕਿੱਥੋਂ ਆਇਆ? ਅਤੇ ਸਾਰੇ ਆਪਣੇ ਪੰਜਾਬ ਨੂੰ ਸਾਰੇ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਹੱਲ ਹੋਈ ਜਾਂਦੇ ਵੀ ਇੱਕ ਵਾਰੀ ਸਾਰੇ ਨੂੰ ਵੀ ਜੇਲ੍ਹਾਂ ਕੰਨੀ ਵੀ ਝਾਕੋ, ਵੀ ਉਰੇ ਵੀ ਕਿਸੇ ਦੇ ਪੁੱਤ ਬੈਠੇ ਆ। ਅੱਤ ਸੁਰੱਖਿਆ ਵਾਲੀ ਜੇਲ੍ਹ ਕਹਾਉਣ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਸਰਕਾਰੀ ਦਾਅਵਿਆਂ ਮੁਤਾਬਕ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਮੋਬਾਈਲ ਅਤੇ ਇੰਟਰਨੈਟ ਤਾਂ ਕੋਹਾਂ ਦੂਰ ਦੀ ਗੱਲ ਹੈ। ਇਹਨਾਂ ਤਮਾਮ ਦਾਅਵਿਆਂ ਨੂੰ ਮੂੰਹ ਚੜਾ ਰਹੀਆਂ ਨੇ ਇਹ ਤਸਵੀਰਾਂ ਕੇਂਦਰੀ ਜੇਲ੍ਹ ਬਠਿੰਡਾ ਦੇ ਅੰਦਰ ਦੀਆਂ ਨੇ। ਇਹ ਵੀਡੀਓ ਕਿਸੇ ਹੋਰ ਨੇ ਨਹੀਂ ਬਲਕਿ ਜੇਲ੍ਹ ਦੇ ਅੰਦਰ ਹੀ ਹਵਾਲਾਤੀਆਂ ਨੇ ਬਣਾਈ ਹੈ। ਹਵਾਲਾਤੀਆਂ ਨੇ ਨਾ ਸਿਰਫ ਜੇਲ੍ਹ ਦੇ ਅੰਦਰ ਵੀਡੀਓ ਬਣਾਈ ਬਲਕਿ ਮੋਬਾਈਲ ਵੀ ਦਿਖਾਏ। ਪੰਜਾਬ ਦੀ ਇੱਕ ਨੰਬਰ ਜੇਲ੍ਹ ਸੈਂਟਰ ਹਾਈ ਸਿਕਿਉਰਿਟੀ ਜੇਲ੍ਹ ਬਠਿੰਡਾ ਦੇ ਵਿੱਚ ਬੋਲਦੇ ਪਏ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਜੋ ਕੁਛ ਬਾਹਰ ਸਰਕਾਰਾਂ ਜਾਂ ਪ੍ਰਸ਼ਾਸਨ ਦਿਖਾਉਂਦਾ ਪਿਆ, ਉਹ ਸਭ ਫੋਕੇ ਫਿਲਟਰ ਆ ਇਹਨਾਂ ਦੇ। ਇੱਥੇ ਸਭ ਕੁਛ ਹੀ ਚੱਲਦਾ, ਉਹਦੇ ਅਸੀਂ ਸਾਰੇ ਗਵਾਹ ਹਾਂ। ਇੱਥੇ ਬੇਹੱਦ ਟੋਰਚਰ ਕੀਤਾ ਜਾਂਦਾ ਸਾਰਿਆਂ ਨੂੰ, ਕਿਸੇ ਦਾ ਗਿੱਟਾ ਭੰਨਿਆ ਜਾਂਦਾ, ਕਿਸੇ ਦੀਆਂ ਲੱਤਾਂ ਭੰਨੀਆਂ ਜਾਂਦੀਆਂ, ਡਾਂਗਾ ਮਾਰ ਮਾਰ ਕੇ ਡਾਂਗਾ ਤੋੜੀਆਂ ਜਾਂਦੀਆਂ ਇਹਨਾਂ 'ਤੇ, ਠੀਕ ਆ। ਬੰਦ ਇਹ ਹਾਈ ਸਿਕਿਉਰਿਟੀ ਕਰਕੇ ਇੱਥੇ ਪ੍ਰੈਸ਼ਰਾਈਜ਼ ਕਰਦੇ ਆ ਲੋਕਾਂ ਨੂੰ, ਮੈਂਟਲੀ ਅਪਸੈਟ ਕਰਦੇ ਆ ਲੋਕਾਂ ਨੂੰ, ਠੀਕ ਆ। ਮੈਂਟਲੀ ਟੋਰਚਰ ਕੀਤਾ ਜਾਂਦਾ ਲੋਕਾਂ ਨੂੰ। ਮੈਂ ਤੁਹਾਨੂੰ ਦਿਖਾਉਣਾ ਵੀ ਇਹ ਜੇਲ੍ਹ ਦੇ ਵਿੱਚ ਕਿਵੇਂ ਬਾਹਰ ਲੋਕਾਂ ਨੂੰ ਆਇਆ ਜਾਂਦਾ, ਕਿਵੇਂ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਅਸੀਂ ਬਹੁਤ ਸਖਤਾਈ ਕੀਤੀ ਆ। ਹੱਥ ਫੜਾਓ ਮਾੜਾ ਜਿਹਾ ਬੋਲ ਕੇ। वैसे कहन नूं तां इह हाई सिक्योरिटी जेल है, पर सवाल यह है कि जेल दे अंदर मोबाइल फोन आउंदे कित्थों ने, इंटरनेट किवें चलदा है, किस दी पुश्त पनाई जरिए इन्हां कैदियां तक मोबाइल पहुंचदे ने, जैमर लगे होण दे बावजूद इंटरनेट किवें चलदा है। इन्हां हवालातियां ने ना सिर्फ जेल प्रशासन नूं बेपरदा कीता है बल्कि कई इल्जाम भी लाए ने। ਸਾਡੇ ਤੇ 302 ਦਾ ਪਰਚਾ, ਅਸੀਂ ਬਾਹਰੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਸੀ ਤੇ ਉਰੇ ਸਾਡੇ ਕੇਸ ਵਾਲਾ ਨੂੰ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ, ਕਿਸੇ ਨੂੰ HIV ਹੋ ਗਈ। ਇਹ ਬਸ ਲੋਕਾਂ ਤੋਂ ਪਰਦਾ ਰੱਖਦੇ ਆ ਤੇ ਬਹੁਤ ਜ਼ਿਆਦਾ ਉਰੇ ਬਸ ਦਵਾਈ ਦੁਵੀ ਦਿੱਤੀ ਨਹੀਂ ਜਾਂਦੀ ਆ। ਦੇਖੋ ਮੇਰਾ ਬਹੁਤ ਮਾੜਾ ਹਾਲ ਆ, ਕੁੱਟ ਗਿੱਟਾ ਤੋੜਦਾ, ਦੇਖੋ ਕਿਵੇਂ ਹੋ ਰਿਹਾ ਵੀਰ। ਮੈਂ ਇਹਦੇ ਨੀਲ ਪਾਤਾ ਜੀ, ਆ ਗਿੱਟਾ ਇਹਦਾ ਜਮਾ ਹੋ ਰਿਹਾ। ਸਮਾਨ ਵੇਚ, ਮੈਨੂੰ ਕਹਿੰਦੇ ਸਮਾਨ ਵੇਚ ਉਹ ਕਰ, ਮੈਂ ਇਨਕਾਰ ਕਰਤਾ ਜੀ, ਮੈਂ ਲੋਕਾਂ ਨੂੰ ਨਸ਼ੇ ਪੱਤੇ ਤੇ ਨਹੀਂ ਲਾ ਸਕਦਾ ਕਿਉਂਕਿ ਅਸੀਂ ਆਪ ਮਰ ਗਏ ਨਸ਼ੇ ਪੱਤੇ 'ਚ ਕਰਕੇ। ਇਸ ਕਰਕੇ ਮੈਨੂੰ ਟੋਰਚਰ ਕਰਕੇ ਮੈਂ ਗਿੱਟਾ ਤੋੜਿਆ ਤੇ ਸਾਨੂੰ ਬਸ ਤੁਹਾਨੂੰ ਕੁਛ ਕਹਿ ਨਹੀਂ ਸਕਦੇ ਅਸੀਂ ਵੀ ਸਾਡੇ ਨਾਲ।
ਮੁਲਜ਼ਮਾਂ ਤੇ ਇਲਜ਼ਾਮ ਨੇ ਕਿ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨਾਲ ਮਾੜਾ ਵਿਵਹਾਰ ਕਰਦੇ ਸਨ ਅਤੇ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਧਮਕੀ ਦਿੰਦੇ ਨੇ ਜਿਨ੍ਹਾਂ ਨੂੰ ਕਈ ਵਾਰ ਵਾਰਨਿੰਗ ਵੀ ਦਿੱਤੀ ਗਈ ਸੀ। ਇਹਨਾਂ ਵੱਲੋਂ ਮੋਬਾਈਲ ਜ਼ਰੀਏ ਜਨਰਲ ਬਲਾਕ ਦੀ ਵੀਡੀਓ ਬਣਾਈ ਗਈ ਹੈ ਜਿਸ ਨੂੰ ਇਹਨਾਂ ਨੇ ਆਪਣੇ ਕੈਨੇਡਾ ਰਹਿੰਦੇ ਦੋਸਤ ਨੂੰ ਭੇਜਿਆ। ਇਸ ਮਸਲੇ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਤਬਦੀਲ ਕੀਤਾ ਗਿਆ। ਇਸ ਮਸਲੇ ਦੇ ਵਿੱਚ 12 ਖਿਲਾਫ ਮਾਮਲਾ ਦਰਜ ਹੋਇਆ। ਬਠਿੰਡਾ ਜੇਲ੍ਹ ਵੀਡੀਓ ਮਾਮਲੇ ਦੇ ਵਿੱਚ FIR ਦਰਜ ਹੋ ਚੁੱਕੀ ਹੈ। 12 ਹਵਾਲਾਤੀਆਂ ਤੇ ਥਾਣਾ ਕੈਂਟ 'ਚ FIR ਹੋਈ ਹੈ। 4 ਅਪ੍ਰੈਲ ਨੂੰ ਮੁਕੱਦਮਾ ਨੰਬਰ 37 ਦਰਜ ਕੀਤਾ ਗਿਆ ਸੀ। IPC ਦੀ ਧਾਰਾ 506 ਸੈਕਸ਼ਨ 52-52A ਪ੍ਰਿਜ਼ਨ ਐਕਟ 1894 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਇਹਨਾਂ ਨੇ ਬਾਹਰੋਂ ਕੋਈ ਫੋਨ ਮੰਗਾ ਕੇ ਕਿਸੇ ਅਨਨ ਮਤਲਬ ਫੋਨ ਮੰਗਾ ਕੇ ਬਾਹਰੋਂ ਇੱਕ ਵੀਡੀਓ ਬਣਾਈ ਹੈ ਜਿਹਦੇ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਬਦਨਾਮੀ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੀ ਇਹਨਾਂ ਨੇ ਜਿਹੜੀ ਵੀਡੀਓ ਬਣਾਈ ਸੀ ਵੀਡੀਓ ਬਣਾ ਕੇ ਉਸ ਤੋਂ ਬਾਅਦ ਇੱਕ ਗੋਪੀ ਨਾਮ ਗੁਰਦੀਪ ਸਿੰਘ ਉਰਫ ਗੋਪੀ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਉਸ ਦੇ ਬਾਹਰ ਦੇ ਨੰਬਰ 'ਤੇ ਇਹਨਾਂ ਨੇ ਵੀਡੀਓ ਭੇਜ ਦਿੱਤੀ ਸੀ ਅਤੇ ਇਸ ਸੰਬੰਧੀ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਹੈ। ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਅਤੇ ਵੀਡੀਓ ਹਾਲੇ ਕਬਜ਼ੇ 'ਚ ਲੈਣੀ ਹੈ। ਵੀਡੀਓ ਕਬਜ਼ੇ 'ਚ ਲੈ ਕੇ ਦੇਖਾਂਗੇ ਵੀ ਉਹਨਾਂ ਨੇ ਕੀ ਉਹਨਾਂ ਨੇ ਕੀਤਾ ਹੈਗਾ। पुलिस प्रशासन ने अपना पक्ष पेश किया पर इस तस्वीर ने पंजाब दे जेल मंत्री यानी कि भगवंत मान नु सवालों च ले आंदा सी जवाब हालांकि सरकार ने भी दिता है। हालात तो है ही नहीं सी आज कोई इथे रोज कोई दे किते बम चल रहे है किते RPG टैग अपने पुलिस हेडक्वार्टर ते हुंदा है इथे गुंडागर्दी गैंगस्टर शरेआम जेलां चो फरौतियां ले रहे है कोई सरकार है इत्थे कोई मुख्यमंत्री देखिया कितने आ तो जिथे केजरीवाल जाता वो पिछे पिछे जाना इन्हें अपना तो मुख्यमंत्री है नहीं लेकिन सच्चाई जड़ी है वो कैदियों ने सामने ले आती और मैं महसूस करना है कि ये जड़ी सरकार है भगवंत मान दी ये जिस तरह 5-स्टार फैसिलिटियां जेलों के अंदर उन्होंने दे रही है जेलों के अंदर ही वो बाहरों थ्रैट कर रहे हैं लोगों को जेलों के अंदर वो कारोबार चला रहे हैं मैनू लगता है कि सरकार किसी भी प्लेटफॉर्म से सही साबित नहीं हुई। पहली सरकार आ जिन्हें गैंगस्टर के खिलाफ एंटी गैंगस्टर फोर्स का गठन किया किन्ने गैंगस्टर जिहड़े ने गे वो मुकाबलों च मारे गए किन्ने गैंगस्टर जेलों च बंद ने जिन्हों के अकालिया के समय कांग्रसियों के समय जिन्हों के खिलाफ मुकदमे दर्ज से जिहड़े राजस्थान की जेल के अंदर हरियाणे की जेलों के अंदर दिल्ली की जेलों के अंदर बंद से इन्होंने कहते प्रोडक्शन ब्रांड से लैके आने की भी उन्होंने उतो लिया कि उरे का पंजाब के अंदर उन्होंने क्राइम किया सज़ा दे दिए ये कोशिश तक नहीं की असं पहली बार लैके आए सज़ा दे रहे हैं उन्होंने कानून जोड़ा है अदालतों उन्होंने सज़ा देंगी असं एविडेंस देवे सो बिल्कुल ये अपनी जिम्मेवारी तो भजे से इन्होंने पंजाब गैंगस्टरिज्म के हवाले किया अकालिया ने पाले से कांग्रसियों ने बड़े किया फीडबैक की सो असं उन्होंने सफाया कर रहे हैं सो इस गल करके इन्होंने अपने गैंगस्टर बचाने कोई ना कोई बहाना तो लभना गया जिन्हें मर्जी लभ लैन पर इन्होंने पाले हुए गैंगस्टर खत्म करके रहेंगे। बेशक सरकार सिस्टम नु छेती दुरुस्त करन दा दावा कर रही है सवाल ये जरूर होएगा कि आखिर क्यों वार वार पंजाब दियां जेलां सवालां चाहुंदियां ने ओ भी हाई सुरक्षा केंद्रीय जेल बठिंडा च मोबाइल अते इंटरनेट दा होना जेल सुरक्षा ते वड्डा सवाल है। सवाल ये कि आखिर किवें जेल च बंद हवालाती बेखौफ हो वीडियो बनाउंदे ने इन्हां नु रोकण टोकण वाला कोई नहीं एक थां ते 11 हवालाती वीडियो च नजर आ रहे ने एक वीडियो बना रहा है अत सुरक्षा वाली जेल च कोई देखण वाला क्यों नहीं है। हालांकि सरकार ने जिम्मेवारी तय करदिया ADGP जेल बी चंद्रशेखर का तबादला कर दिता है पर जरूरी है कि यकीनी बनाया जाए कि अजिहियां घटनावां मुड़ ना वापरन।